ਪੰਜਾਬ ਦੇ ਜ਼ਿਲ੍ਹਾ ਬਰਨਾਲਾ ਨਾਲ ਸੰਬੰਧਿਤ ਪਿੰਡ ਛੀਨੀਵਾਲਾ ਦਾ ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਜਸਵਿੰਦਰ ਸਿੰਘ ਚੰਗੇ ਭਵਿੱਖ ਲਈ ਮਨੀਲਾ ਗਿਆ ਸੀ। ਮ੍ਰਿਤਕ 8 ਸਾਲ ਪਹਿਲਾਂ ਮਨੀਲਾ ਗਿਆ, ਜਿੱਥੇ ਹਥਿਆਰਬੰਦ ਗੁੰਡਿਆਂ ਵੱਲੋਂ ਗੋਲੀਆਂ ਮਾਰ ਕੇ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦਾ ਪਰਿਵਾਰ ਡਾਢੇ ਦੁੱਖ 'ਚ ਸੀ, ਜਿਨ੍ਹਾਂ ਕਿਹਾ ਕਿ ਉਹਨਾਂ ਦੇ ਪੁੱਤਰ ਦਾ ਕਤਲ ਸਿਸਟਮ ਨੇ ਕੀਤਾ, ਕਿਉਂਕਿ ਸਰਕਾਰਾਂ ਇੱਥੇ ਹੀ ਉਹਨਾਂ ਨੂੰ ਰੁਜ਼ਗਾਰ ਦੇ ਦੇਣ ਤਾਂ ਪੰਜਾਬ ਦੇ ਪੁੱਤ ਵਿਦੇਸ਼ਾਂ 'ਚ ਧੱਕੇ ਖਾਣ ਕਿਉਂ ਜਾਣ। ਅਸੀਂ ਗਰੀਬ ਕਿਸਾਨ ਹਾਂ ਜੀ। ਅਸੀਂ ਆਪਦਾ ਮੁੰਡਾ ਇੱਥੋਂ ਜ਼ਮੀਨ ਵੇਚ ਕੇ ਬਾਹਰ ਤੋਰਿਆ ਸੀ, ਰੋਟੀ ਰੋਟੀ ਖਾਤਰ ਵੀ ਕਮਾਈ ਕਰੋ। ਉਹ ਥਾਂ ਸੱਤ ਬੰਦੇ ਨੇ ਗੋਲੀ ਮਾਰ ਕੇ ਹੱਤਿਆ ਕਰਤੀ। ਇਨਸਾਫ ਸਾਨੂੰ ਮਿਲਣਾ ਚਾਹੀਦਾ ਜੀ। ਇਸ ਮਸਲੇ ਸੰਬੰਧ ਦੇ ਵਿੱਚ ਅਸੀਂ, ਕਿਉਂਕਿ ਉੱਥੇ ਪੋਸਟਮਾਰਟਮ ਹੋ ਗਿਆ ਹੈਗਾ, ਸਾਡੇ ਪਿੰਡ ਦੇ ਵੀ ਨੌਜਵਾਨ ਉੱਥੇ ਹੈਗੇ ਆ, ਅਤੇ ਡੀ ਸਾਹਿਬ ਨੂੰ ਵੀ ਐਪਲੀਕੈਂਟ ਦੇ ਕੇ ਆ ਵੀ ਪੰਜਾਬ ਸਰਕਾਰ ਤੋਂ ਹੁਣ ਅਸੀਂ ਮੰਗ ਕਰਦੇ ਹਾਂ ਵੀ ਗ੍ਰਹਿ ਮੰਤਰਾਲੇ ਨੂੰ ਕਹਿ ਕੇ, ਸੁਸ਼ਮਾ ਸਵਰਾਜ ਜਿਹੜੀ ਮਿਨਿਸਟਰ ਆ ਉਹਨੂੰ ਕਹਿ ਕੇ ਤੁਰੰਤ ਜਿਹੜੀ ਡੈੱਡ ਬੋਡੀ ਆ ਉਹ ਸਾਡੇ ਵਾਰਸਾਂ ਦੇ ਹਵਾਲੇ ਕਰੀ ਜਾਵੇ, ਵਾਰਸਾਂ ਦੇ ਹਵਾਲੇ ਕੀਤੀ ਜਾਵੇ। ਨਾਲ ਹੀ ਜਿਹੜੇ ਸਾਡੇ ਇੱਥੋਂ ਦੇ ਮੈਂਬਰ ਪਾਰਲੀਮੈਂਟ ਆ ਭਗਵੰਤ ਮਾਨ ਜੀ, ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ, ਉਹਨਾਂ ਨੂੰ ਲੈਟਰ ਵੀ ਦੇ ਰਹੇ ਹਾਂ, ਕਿਉਂਕਿ ਉਹ ਆਪ ਬਾਹਰ ਗਏ ਸਾਡੇ ਇੱਥੋਂ ਦੇ MLA ਜਿਹੜੇ ਮੀਤ ਹੇਰ ਜੀ, ਉਹਨਾਂ ਨੂੰ ਮਿਲਣ ਜਾ ਰਹੇ ਹਾਂ, ਅਤੇ ਅਸੀਂ ਉਹਨਾਂ ਤੋਂ ਵੀ ਮੰਗ ਕਰਦੇ ਹਾਂ ਵੀ ਇਹ ਜਜ਼ਬਾਤੀ ਮਸਲਾ ਗਾ ਜਲਦੀ ਤੋਂ ਜਲਦੀ, ਜਿਹੜੇ ਕਿਉਂਕਿ ਪਰਿਵਾਰ ਦਾ ਬੁਰਾ ਹਾਲ ਆ, ਵਿਰਲਾਪ ਹੋ ਰਿਹਾ ਗਾ ਘਰੇ, ਅਤੇ ਸਾਰਾ ਨਗਰ ਉੱਥੇ ਸਾਡਾ ਬੈਠਾ ਗਾ ਵੀ ਜਲਦੀ ਤੋਂ ਜਲਦੀ ਜਿਹੜੀ ਲਾਸ ਆ ਸਾਡੇ ਵਾਰਸਾਂ ਦੇ ਹਵਾਲੇ ਪੰਜਾਬ ਸਰਕਾਰ ਕੋਸ਼ਿਸ਼ ਕਰੇ। ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਅਤੇ ਮਾਣਯੋਗ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਜੀ ਨੂੰ ਇਹ ਬੇਨਤੀ ਕਰਦੇ ਹਾਂ। ਪਰਿਵਾਰ ਮੈਨੂੰ ਮਿਲਿਆ ਸੀਗਾ, ਉਹਨਾਂ ਨੇ ਜੋ ਮੈਨੂੰ ਐਪਲੀਕੇਸ਼ਨ ਦਿੱਤੀ ਸੀਗੀ, ਰਿਕੁਐਸਟ ਭੇਜੀ ਸੀ, ਮੈਂ ਪੰਜਾਬ ਸਰਕਾਰ ਗ੍ਰਹਿ ਵਿਭਾਗ ਨੂੰ ਲੋੜੀਂਦੀ ਕਾਰਵਾਈ ਭੇਜ ਦਿੱਤੀ ਗਈ।